ਪਰਦ ਚ ਬੈਠੀਆਂ ਕਨੀਜ਼ਾਂ ਨੇ ਸੈਯਦਾ ਮੇਰੀਆਂ ਦੀਆਂ ਭੈਣਾਂ ਮਾਵਾਂ ਬੀਬੀ ਪਾਕ ਦੀਆਂ ਕਨੀਜ਼ਾਂ ਤੁਹਾਡੇ ਤੇ ਸ਼ਰੀਅਤ ਦੀ ਵਾਜਬ ਜਿਹਨੂੰ ਪਰਦੇ ਚ ਬਹਿ ਕੇ ਰੋ ਰਹੀਆਂ ਉਹਨਾਂ ਇਸ਼ਕ ਦੀ ਬੜੀ ਸ਼ਰੀਅਤ ਦੀ ਨਮਾਜ਼ ਸੌਖੀ ਹੈ ਅਸੀਂ ਫਿਰ ਵੀ ਨਹੀਂ ਪੜ੍ਹਦੇ ਇਸ਼ਕ ਦੀ ਔਖੀ ਸ਼ਰੀਅਤ ਦੀ ਨਮਾਜ਼ ਉਹਦੇ ਵਾਸਤੇ ਹੁਕਮੇ ਘਰ ਦੇ ਪਿਛਲੇ ਕਮਰੇ ਛੁੱਪ ਕੇ ਪੜ੍ਹ ਉੱਥੇ ਪੜ੍ਹ ਜਿੱਥੇ ਤੈਨੂੰ ਕੋਈ ਨਾ ਵੇਖੇ ਔਰਤ ਵਾਸਤੇ ਸ਼ਰੀਅਤ ਦੀ ਨਮਾਜ਼ ਦਾ ਹੁਕਮ ਹੈ ਤੇਰੇ ਸਰ ਦਾ ਵਾਲ ਵੀ ਨੰਗਾ ਨਾ ਹੋਵੇ ਸਿਵਾਏ ਨਾ ਹੱਥਾਂ ਚਿਹਰੇ ਤੇ ਪੈਰਾਂ ਦੀ ਸੇਵਾ ਤੇਰਾ ਕੋਈ ਜਿਸਮ ਦਾ ਹਿਸਾਬ ਬੇਪਰਦ ਨਾ ਹੋਵੇ ਆਵਾਜ਼ ਕੁਦਰਤੀ ਪੜ੍ਹਨਾ ਮੇਰਾ ਜ਼ਿਕਰ ਬਿਸਮਿਲ੍ਲਾਹ ਰਹਿਮਾਨ ਰਹੀਮ ਅਲਹਮਦੋ ਲਿਲਾਹ ਰੱਬਿਲ ਆਲਮੀਨ ਇਤਨੀ ਆਸ਼ਤਾ ਪੜ੍ਹੀ ਤੇਰੀ ਕਿਰਤ ਦੀ ਆਵਾਜ਼ ਗੈਰ ਮਹਰਮ ਨੇ ਸੁਣੀ ਕੋਈ ਸੁਣੇਗਾ ਬਾਦਲ ਹੋ ਜਾਏਗਾ ਸ਼ਰੀਅਤ ਜੀ ਛੁਪ ਕੇ ਪੜ੍ਹੀ ਗੈਰ ਮਹਰਮ ਦੇ ਸਾਹਮਣੇ ਨਾ ਪੜ ਲਿਆ ਕੁਰਾਨ ਮੈਂ ਸਰ ਤੇ ਰੱਖ ਦੇਣਾ ਜਿਨ੍ਹਾਂ ਇਸ਼ਕ ਵਾਲੀਆਂ ਪੜੀਆਂ ਨੇ ਉਹਨਾਂ ਜਦੋਂ ਨੀਤੀ ਏ 9 ਲੱਖ ਬਦਮਾਸ਼ ਪੇ ਵੇਦੇ ਚਾਦਰ ਕੋਈ ਨਹੀਂ ਵਾਲ ਖੁੱਲੇ ਨੇ ਖਾ ਕੇ ਸ਼ਿਫਾ ਦੇ ਬੁਰਕੇ ਨੇ ਰੋ ਰੋ ਕੇ ਪਈ ਅਦੀ ਪਈ ਪੜਦੀਆਂ ਪਾਕ ਨਿਮਾਜ਼ ਤੇਰੀ ਪਹਿਲੀ ਵਾਰੀ ਬਾਜ ਰਿਦਾ ਦੇ ਉਹ ਮੇਰਾ ਰੱਬ ਅਕਬਰ ਮਨਜ਼ੂਰ ਕਰੇ ਕੰਮ ਤਰ ਨਾ ਸਮਝਣਾ ਨਿਮਾਜ਼ ਨੂੰ ਨਮਾਜ਼ ਦੀ ਅਹਿਮੀਅਤ ਹੈ ਤੇ 72 ਲਾਸ਼ਾਂ ਸਜਦਾ ਕਰ